ਉਸ ਪਿੰਡ ਨੂੰ ਕੋਈ ਠੇਸ ਪਹੁੰਚਿਆ, ਗਲਤੀ ਪਹੁੰਚਿਆ, ਉਹਦੇ ਲਈ ਅਸੀਂ ਮਾਫ਼ੀ ਮੰਗ ਚੁੱਕੇ ਹਾਂ, ਕਿਉਂਕਿ ਕਿਸੇ ਵੀ ਇਨਸਾਨ ਨੂੰ ਸਾਡਾ ਠੇਸ ਪਹੁੰਚਾਉਣ ਦਾ ਸਾਡਾ ਕੋਈ ਮੰਤਵ ਨਹੀਂ ਹੈਗਾ ਵੀ ਕਿਸੇ ਨਾਲ ਸਾਡਾ, ਜੇ ਅਸੀਂ ਸਾਡੇ ਵੀਡੀਓ ਨੂੰ ਲੋਕਾਂ ਨੂੰ ਪਸੰਦ ਕਰਦੇ ਨੇ, ਇਹ ਨਹੀਂ ਹੈਗਾ ਵੀ ਸਾਡੇ ਵੀਡੀਓ ਨਾਲ ਕਿਸੇ ਨੂੰ ਠੇਸ ਪਹੁੰਚੀ, ਠੀਕ ਹੈ ਜੀ ਗੱਲ, ਅਤੇ ਕਿਸੇ ਨਾਲ ਸਾਡਾ ਉਹਨਾਂ ਨਾਲ ਕੋਈ ਝਗੜਾ ਨਹੀਂ ਹੈਗਾ। ਦੂਜੀ ਗੱਲ ਇਹ ਆ ਵੀ ਜਿਹੜੀ ਗੱਲ ਹੋਰ ਵੀਡੀਓ ਦੀ ਗੱਲ ਚੱਲ ਰਹੀ ਆ, ਉਹ ਵੀਡੀਓ ਅਸੀਂ ਉਹ ਡਿਲੀਟ ਕਰਤੀ, ਠੀਕ ਹੈ, ਅਤੇ ਐਵੇਂ ਕੋਈ ਭੜਕਾਈ ਜੋ ਵੀਡੀਓ ਸਾਡੀਆਂ ਹੋਰ ਵੀ ਆਉਂਦੀਆਂ ਰਹਿਣਗੀਆਂ। ਜਿਨ੍ਹਾਂ ਨੇ ਮੱਚਣਾ ਜਲਸੀ ਕਰਨੀ ਆ, ਕਮੈਂਟ ਨੈਗੇਟਿਵ ਪੋਜੀਟਿਵ ਕਮੈਂਟ ਕਰਨਗੇ, ਡਰ ਕੇ ਭੱਜ ਕੇ, ਕੋਈ ਡਰੇ ਨਹੀਂ ਹੈਗੇ। ਪਹਿਲਾਂ ਤਾਂ ਹਿੱਟ ਵਾਇਰਲ ਮੀਡੀਆ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਮੈਂ ਵਿਰਕ ਤੁਹਾਡਾ ਦੋਸਤ ਅਤੇ ਹੋਸਟ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਪ੍ਰੋਡਿਊਸਰ ਨੂੰ ਲੈ ਕੇ ਜੋ ਵੀ ਮਸਲਾ ਸੀ ਉਹ ਕਾਫੀ ਵੱਧ ਚੁੱਕਿਆ ਸੀ ਅਤੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਪਰ ਇਸ ਸਾਰੇ ਮਸਲੇ ਨੂੰ ਹੱਲ ਕਰਦਿਆਂ ਹੋਇਆ ਪ੍ਰੋਡਿਊਸਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਵੀਡੀਓ ਪੋਸਟ ਕਰਦੇ ਹੋਏ ਉਹਨਾਂ ਸਾਰੇ ਲੋਕਾਂ ਤੋਂ ਮਾਫ਼ੀ ਮੰਗੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਪ੍ਰੋਡਿਊਸਰ ਹੈ ਅਤੇ ਉਸ ਦੀਆਂ ਵੀਡੀਓਜ਼ ਨੂੰ ਲੈ ਕੇ ਠੇਸ ਪਹੁੰਚੀ। ਅਤੇ ਦੋਸਤੋ, ਤੁਸੀਂ ਇਸ ਮਸਲੇ ਨੂੰ ਲੈ ਕੇ ਕੀ ਸੋਚਦੇ ਹੋ, ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦਿਓ। ਅਤੇ ਦੋਸਤੋ, ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਕਰ ਦਿਓ, ਜੇ ਹੋ ਸਕੇ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲਓ ਇੰਡਸਟਰੀ ਦੀਆਂ ਤੇਜ਼ ਅਤੇ ਇੰਟਰਟੇਨਮੈਂਟ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ। ਅਤੇ ਦੋਸਤੋ, ਤੁਹਾਡਾ ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਇੱਕ ਨਜ਼ਰ ਮਾਰਦੇ ਹਾਂ ਇਸ ਵੀਡੀਓ 'ਤੇ। ਹਾਂ ਵੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬੇ, ਬਹੁਤ ਟਾਈਮ ਦਾ ਮਸਲਾ ਭਖਿਆ ਪਿਆ, 7-8 ਦਿਨ ਦਾ ਮਸਲਾ ਬਹੁਤ ਹੀ ਜ਼ਿਆਦਾ ਭਖਿਆ ਪਿਆ ਸੀਗਾ। ਅਸੀਂ ਬਹੁਤ ਬਹੁਤ ਸਤਿਕਾਰ ਕਰਦੇ, ਸਾਡੇ ਕੋਲ ਖਾਲਸਾ ਜੀ ਪ੍ਰੇਮ ਪਿਆਰ ਲੈ ਕੇ ਆ ਰਹੇ, ਠੀਕ ਆ। ਆਹ ਬੈਠੇ ਨੇ, ਇਹਨਾਂ ਨਾਲ ਗੱਲਬਾਤ ਹੋਈ ਸੀ, ਅਸੀਂ ਆਖਿਆ ਜਦੋਂ ਮਰਜ਼ੀ ਕੋਈ ਪਿਆਰ ਨਾਲ ਗੱਲਬਾਤ ਕੋਈ ਵੀ ਬੰਦਾ ਕਰੂਗਾ, ਅਸੀਂ ਪਹਿਲਾਂ ਵੀ ਕਰਨ ਨੂੰ ਤਿਆਰ ਸੀ, ਹੁਣ ਵੀ ਕਰਨ ਨੂੰ ਤਿਆਰ ਹਾਂ। ਸਾਡੇ ਕੋਲ ਪਿਆਰ ਦੀ ਗੱਲਬਾਤ ਲੈ ਕੇ ਅਸੀਂ ਪ੍ਰੇਮ ਪਿਆਰ ਨਾਲ ਗੱਲਬਾਤ ਇਹਨਾਂ ਨਾਲ ਕਰੀ ਆ, ਅਤੇ ਸਾਰਾ ਜਿਹੜਾ ਇਹ ਮਸਲਾ ਹੈ ਉੱਧਰੋਂ ਵੀ ਇਹ ਗੱਲਬਾਤ ਕਰਕੇ ਆਏ, ਦੂਜੀ ਪਾਰਟੀ ਨਾਲ ਵੀ ਗੱਲਬਾਤ ਕਰਕੇ ਆਏ ਸੀਗੇ, ਅਤੇ ਸਾਡੇ ਨਾਲ ਵੀ ਇਹਨਾਂ ਨੇ ਕਰੀ ਸੀਗੀ। ਦੂਜੀ ਪਾਰਟੀ ਨਾਲ ਇਹ ਗੱਲ ਕਲੀਅਰ ਕਰਤੀ, ਇਹਨਾਂ ਕੋਲ ਸਾਰੀਆਂ ਕਾਲ ਰਿਕਾਰਡਿੰਗਾਂ ਨੇ, ਇਹਨਾਂ ਨੇ ਦੂਜੀ ਪਾਰਟੀ ਜਿਹੜੀ ਰਾਮਣਵਾਸ ਵਾਲੇ ਮੁੰਡੇ ਨੇ ਉਹਨਾਂ ਤੋਂ ਵੀਡੀਓ ਮੰਗਾ ਕੇ ਕਰ ਲਈ, ਵੀਡੀਓ ਇਹਨਾਂ ਨੇ ਮੰਗਾ ਲਈ, ਅਤੇ ਇਹਨਾਂ ਦੇ ਕੋਲ ਵੀਡੀਓ ਹੈਗੀ ਆ, ਠੀਕ ਆ, ਇਹਨਾਂ ਦੇ ਕੋਲ ਆ, ਅਤੇ ਇਹ ਵੀ ਆਪਦੇ ਪੇਜ 'ਤੇ ਪਾਉਣਗੇ। ਉਹਨਾਂ ਨੇ ਕਹਿ ਤਾ ਵੀ ਸਾਡੇ ਨਾਲ ਵੀ ਉਹਨਾਂ ਦਾ ਕੋਈ ਨਿੱਜੀ ਝਗੜਾ ਨਹੀਂ ਹੈਗਾ, ਸਾਡੇ ਨਾਲ ਵੀ ਕੋਈ ਝਗੜਾ ਨਹੀਂ ਹੈਗਾ ਉਹ ਮੁੰਡੇ ਨਾਲ, ਠੀਕ ਆ ਜੀ, ਰਾਮਣਵਾਸ ਵਾਲੇ ਨਾਲ, ਉਸ ਪਿੰਡ ਨਾਲ। ਉਸ ਪਿੰਡ ਨੂੰ ਕੋਈ ਠੇਸ ਪਹੁੰਚਿਆ, ਗਲਤੀ ਪਹੁੰਚਿਆ, ਉਹਦੇ ਲਈ ਅਸੀਂ ਮਾਫ਼ੀ ਮੰਗ ਚੁੱਕੇ ਹਾਂ, ਕਿਉਂਕਿ ਕਿਸੇ ਵੀ ਇਨਸਾਨ ਨੂੰ ਸਾਡਾ ਠੇਸ ਪਹੁੰਚਾਉਣ ਦਾ ਸਾਡਾ ਕੋਈ ਮੰਤਵ ਨਹੀਂ ਹੈਗਾ ਵੀ ਕਿਸੇ ਨਾਲ ਸਾਡਾ, ਜੇ ਅਸੀਂ ਸਾਡੇ ਵੀਡੀਓ ਨੂੰ ਲੋਕਾਂ ਨੂੰ ਪਸੰਦ ਕਰਦੇ ਨੇ, ਇਹ ਨਹੀਂ ਹੈਗਾ ਵੀ ਸਾਡੇ ਵੀਡੀਓ ਨਾਲ ਕਿਸੇ ਨੂੰ ਠੇਸ ਪਹੁੰਚੇ, ਠੀਕ ਹੈ ਜੀ ਗੱਲ, ਅਤੇ ਕਿਸੇ ਨਾਲ ਸਾਡਾ ਉਹਨਾਂ ਨਾਲ ਕੋਈ ਝਗੜਾ ਨਹੀਂ ਹੈਗਾ। ਦੂਜੀ ਗੱਲ ਇਹ ਆ ਵੀ ਜਿਹੜੀ ਗੱਲ ਹੋਰ ਵੀਡੀਓ ਦੀ ਗੱਲ ਚੱਲ ਰਹੀ ਆ, ਉਹ ਵੀਡੀਓ ਅਸੀਂ ਉਹ ਡਿਲੀਟ ਕਰਤੀ, ਠੀਕ ਹੈ, ਅਤੇ ਐਵੇਂ ਕੋਈ ਭੜਕਾਈ ਜੋ ਵੀਡੀਓ ਸਾਡੀਆਂ ਹੋਰ ਵੀ ਆਉਂਦੀਆਂ ਰਹਿਣਗੀਆਂ। ਜਿਨ੍ਹਾਂ ਨੇ ਮੱਚਣਾ ਜਲਸੀ ਕਰਨੀ ਆ, ਕਮੈਂਟ ਨੈਗੇਟਿਵ ਪੋਜੀਟਿਵ ਕਮੈਂਟ ਕਰਨਗੇ, ਡਰ ਕੇ ਭੱਜ ਕੇ, ਕੋਈ ਡਰੇ ਨਹੀਂ ਹੈਗੇ। ਇਹਨਾਂ ਨੇ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅਸੀਂ ਪਿਆਰ ਨਾਲ ਗੱਲ ਕਰਨ ਨੂੰ ਤਿਆਰ ਹਾਂ, ਇੰਨਾ ਪਿਆਰ ਲੈ ਕੇ ਆਏ ਨੇ ਸਿੱਖ, ਅਸੀਂ ਵੀ ਸਿੱਖਾਂ ਦੇ ਮੁੰਡੇ ਹਾਂ, ਅਸੀਂ ਸਿੱਖ ਪਰਿਵਾਰ, ਸਾਡੇ ਅੱਧੀ ਫੈਮਿਲੀ ਦਾ ਅੰਮ੍ਰਿਤ ਛਕਿਆ ਹੋਇਆ, ਵਿੱਚ ਹੋਰ ਹੀ ਲੋਕ ਗੱਲਾਂ ਨੈਗੇਟਿਵ ਪੁੱਛਿਆ। ਹਾਂ, ਅਸੀਂ ਇਹ ਗੱਲ ਕਹਿ ਤੀ ਵੀ ਨੈਗੇਟਿਵ ਕਮੈਂਟ ਮਾਰੀ ਜਾਂਦੇ ਨੇ, ਤੁਸੀਂ ਡਰ ਕੇ ਭੱਜ ਕੇ, ਪਿਆਰ ਨਾਲ ਕੋਈ ਵੀ ਗੱਲ ਕਰਦਾ ਕਰਨ ਨੂੰ ਤਿਆਰ ਹਾਂ ਅਸੀਂ। ਮੈਂ ਪਹਿਲਾਂ ਵੀ ਹਰ ਇੱਕ ਥਾਂ ਇਹ ਗੱਲ ਬੋਲਦਾ ਹੁੰਦਾ, ਜੇ ਬੰਦਾ ਕੋਈ ਗਿੱਠ ਨਿਮਦਾ ਅਸੀਂ ਹੱਥ ਨਿਵਾਂਗੇ, ਅਸੀਂ ਉਹਨਾਂ ਨੂੰ ਸਵੀਕਾਰ ਕਰਦੇ ਹਾਂ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰਾ ਮਸਲਾ ਸੁਲਝਾਇਆ, ਇਹਨਾਂ ਨੇ ਵੀ ਉਹਨਾਂ ਨੇ ਸਾਡੀ ਗੱਲ ਕਰਾਈ ਆ, ਮੇਰੀ ਫੋਨ 'ਤੇ ਖੁਦ ਹੀ ਆਪਦੀ ਗੱਲਬਾਤ ਹੋਈ ਆ, ਮੇਰੇ ਕੋਲ ਖੁਦ ਰਿਕਾਰਡਿੰਗ ਆ, ਠੀਕ ਹੈ, ਜੇ ਅਸੀਂ ਮੈਂ ਕੋਈ ਹੋਰ ਰਿਕਾਰਡਿੰਗ ਪਾਊਂਗਾ ਨਹੀਂ, ਅਸੀਂ ਆਪਦੇ ਕੋਲ ਰੱਖਾਂਗੇ। ਹਾਂ, ਆਹ ਸਾਡਾ ਅੱਜ ਤੋਂ ਗੱਲ ਨਿਬੜੀ ਆ, ਖਾਲਸਾ ਜੀ ਵਿੱਚ ਖੜੇ ਨੇ, ਨਾ ਅਸੀਂ ਉਹਨਾਂ ਨੂੰ ਕੁਛ ਕਹੀਏ, ਨਾ ਉਹ ਸਾਨੂੰ, ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੇ ਲਈ ਆ, ਅਸੀਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਚੁੱਕੇ ਹਾਂ। ਹਾਂ, ਅਸੀਂ ਉਹਨਾਂ ਦੇ ਖਿਲਾਫ਼ ਕੋਈ ਭੜਕਾਉਣ ਵਾਲੀ ਵੀਡੀਓ ਨਹੀਂ ਪਾਵਾਂਗੇ, ਉਹ ਸਮਾਜ ਖਿਲਾਫ਼ ਵੀ ਜਿੱਦਾਂ ਕਿ ਹਾਂ ਵੀ ਜਿਹੜੀ ਕਿਸੇ ਨੂੰ ਸਮਾਜ ਨੂੰ ਕੋਈ ਠੇਸ ਪਹੁੰਚਦੀ ਆ ਵੀ ਹਨਾ ਵੀ ਸਾਡੇ ਵੀਡੀਓ ਖਿਲਾਫ਼, ਉਹ ਵੀਡੀਓ ਸਾਡੇ ਨਹੀਂ ਆਉਣਗੀਆਂ। ਬਾਕੀ ਇੱਕ ਗੱਲ ਕਲੀਅਰ ਆ ਵੀ ਹਨਾ ਵੀ ਕੋਈ ਵੀ ਇਹ ਕਹਿੰਦੇ ਵੀ ਸਾਰੇ ਅਸੀਂ ਕਿਤੇ ਵੀ ਕੋਈ ਵੀ ਸਾਨੂੰ ਵੀ ਗੈਂਗਸਟਰ ਦੀ ਕਿਸੇ ਦੀ ਵੀ ਧਮਕੀ ਆਉਂਦੀ ਆ ਉਹਦੇ ਜ਼ਿੰਮੇਵਾਰ ਇਹਨਾਂ ਨੇ ਸਾਰੀ ਜ਼ਿੰਮੇਵਾਰੀ ਲੈਤੀ ਆ। ਇਹ ਕਹਿੰਦੇ ਤੁਸੀਂ ਵੀ ਬਸ ਇਹ ਗੱਲ ਕਲੀਅਰ ਕਰ ਦਿਓ ਵੀ ਦੋ ਗੱਲਾਂ ਅਸੀਂ ਕਲੀਅਰ ਕਰ ਚੁੱਕੇ ਹਾਂ, ਠੀਕ ਹੈ,
ਨੰਬਰ 1 ਅਸੀਂ ਉਹਨਾਂ ਨੂੰ ਮੁੰਡਿਆਂ ਨੂੰ ਕਹਿ ਚੁੱਕੇ ਸਾਡਾ ਉਹਨਾਂ ਨੇ ਕੋਈ ਸੀਗਾ ਵੀ ਉਹਨਾਂ ਲਈ ਵੀ ਅਸੀਂ ਉਹਨਾਂ ਨੂੰ ਵੀ ਸਾਡਾ ਉਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਹੈਗਾ, ਠੀਕ ਹੈ ਜੀ। ਉਹਨਾਂ ਨੇ ਇਹਨਾਂ ਨੂੰ ਖੁਦ ਗੱਲ ਕਹੀ ਹੈ ਵੀ ਸਾਡਾ ਰਾਜ਼ੀਨਾਮਾ, ਠੀਕ ਹੈ। ਤੁਸੀਂ ਵੀ ਹੁਣ ਮਾਫੀ ਮੰਗਦੇ ਰਾਵਣ ਵਾਸ ਪਿੰਡ ਵਾਲਿਆਂ, ਹਾਂ ਰਾਵਣ ਵਾਸ ਪਿੰਡ ਵਾਲਿਆਂ ਨੂੰ ਜੇ ਉਹਨੇ ਵਾਅਦਾ ਕਰਦੇ ਨਹੀਂ ਗਾਦੇ ਦੀ ਖੇਤ ਪਹੁੰਚਾਉਣ ਵਾਲੀ ਵੀਡੀਓ ਨਹੀਂ ਬਣਾਉਣੀ, ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਖੇਤ ਪਹੁੰਚਾਉਣ ਵਾਲੀ ਕੋਈ ਵੀਡੀਓ ਨਹੀਂ ਆਊਗੀ, ਠੀਕ ਹੈ ਜੀ। ਕਰਦੇ ਨਾ ਹੀ ਉਹ ਕੌਣ ਸਾਨੂੰ ਵਧੀਆ ਲੱਗਿਆ ਮਿਲ ਕੇ, ਨਾ ਹੀ ਅਸੀਂ ਪਾਈਏ, ਨਾ ਹੀ ਉਹ ਪਾਉਣ, ਠੀਕ ਹੈ। ਸੋ ਬਾਬੇ ਹੁਣ ਸਾਡਾ ਮਸਲਾ ਸਾਰਾ ਟਿਕ ਗਿਆ। ਹੁਣ ਵਿੱਚ ਲੋਕ ਹੋਣਗੇ ਭੜਕਾਉਣ ਵਾਲੇ, ਵਿੱਚ ਕਹਿੰਦੇ ਨੇ ਡਰ ਗਏ, ਵਿੱਚ ਕਹਿੰਦੇ ਨੇ ਐਂ ਕਰ ਗਿਆ, ਉਹ ਕਰ ਗਿਆ, ਕੋਈ ਗੱਲਬਾਤ ਨਹੀਂ। ਸੋ ਸਾਰੀ ਗੱਲਬਾਤ ਜਿਹੜੀ ਹੋ ਗਈ ਸੀ ਕਲੀਅਰ ਹੋ ਗਈ। ਜਿਹੜਾ ਅਸੀਂ ਪਹਿਲਾਂ ਵਾਲਾ ਲਾਈਵ ਪਾਏ, ਸਾਨੂੰ ਕਿਹਾ ਗਿਆ ਬਾਈਆਂ ਨੇ ਵੀ ਉਹ ਲਾਈਵ ਤੁਸੀਂ ਭਾਈ ਡਿਲੀਟ ਕਰ ਦਿਓ, ਜਿਹੜਾ ਪਹਿਲਾਂ ਵਾਲਾ ਲਾਈਵ ਜਿਹੜਾ ਵਿਰੁੱਧ ਪਾਇਆ, ਜਿਹੜਾ ਪਹਿਲਾਂ ਵਾਲਾ ਲਾਈਵ ਸੀ, ਉਹਨਾਂ ਨੇ ਸਾਨੂੰ ਖਾਲਸਾ ਜੀ ਨੇ ਕਿਹਾ ਸੀ ਪਹਿਲਾਂ ਵਾਲਾ ਲਾਈਵ ਤੁਸੀਂ ਡਿਲੀਟ ਕਰੋ। ਅਸੀਂ ਉਹ ਪਹਿਲਾਂ ਵਾਲਾ ਲਾਈਵ ਤਾਂ ਡਿਲੀਟ ਕਰਨ ਲੱਗਿਆ ਕਿਉਂਕਿ ਖਾਲਸਾ ਜੀ ਦੇ ਸੀ, ਅਸੀਂ ਸਿੱਖਾਂ ਦੇ ਮੁੰਡਾ ਹਰ ਗੱਲ 'ਤੇ ਫੁੱਲ ਚੜਾਉਣੇ ਇਹਨਾਂ ਦੇ, ਠੀਕ ਆ, ਹਰ ਇੱਕ ਗੱਲ 'ਤੇ ਫੁੱਲ ਚੜਾਉਣੇ ਕਿਉਂਕਿ ਗੱਲ ਹੀ ਵਧੀਆ ਤਰੀਕੇ ਨਾਲ ਆ ਕੇ ਪ੍ਰੇਮ ਪਿਆਰ ਨਾਲ ਕਰੀ। ਜਦੋਂ ਗੱਲ ਵਧੀਆ ਤਰੀਕੇ ਨਾਲ ਕਰੀ ਤਾਂ ਅਸੀਂ ਸਾਨੂੰ ਸੁਣਨ ਨੂੰ ਤਿਆਰ ਸਾਨੂੰ ਬੈਠ ਕੇ ਚਾਰ ਬੰਦੇ ਆ ਕੇ ਸਾਡੇ ਨਾਲ ਗੱਲਬਾਤ ਕਰ ਲਓ, ਅਸੀਂ ਤੁਹਾਡੀ ਗੱਲਬਾਤ ਕਰ ਲਾਂਗੇ। ਪਰ ਉਹਦਾ ਟਰਾਲੀ ਭਰ ਕੇ ਆ ਕੇ ਸੋਚੋ ਲਓ, ਜਿਹੜੇ ਵੀ ਹੋਣ ਅਸੀਂ ਹੋ ਗਿਆ ਨਿਬੜ ਗਿਆ ਕੰਮ। ਸੋ ਬਾਕੀ ਜਿਹੜੀ ਗੱਲ ਆਈ ਸੀ ਟਰਾਲੀਆਂ ਟਰੂਲੀਆਂ ਭਰਨ ਵਾਲੀ ਗੱਲ, ਉਹਨਾਂ ਨੇ ਸਾਰੀਆਂ ਗੱਲਾਂ, ਇਹਨਾਂ ਨੂੰ ਸਾਰੀਆਂ ਗੱਲਾਂ ਕਲੀਅਰ ਕਰੀਆਂ ਨੇਗੀਆਂ। ਨਾ ਅਸੀਂ ਟਰਾਲੀਆਂ ਭਰਨ ਵਾਲੀ ਗੱਲ ਤੋਂ ਨਾ ਕੱਲ੍ਹ ਡਰਦੇ ਸੀ ਨਾ ਅੱਜ ਡਰਦੇ ਹਾਂ, ਅਸੀਂ ਸਿਰਫ ਖਾਲਸਾ ਪੰਥ ਦੀ, ਜਿਹੜਾ ਕੋਈ ਬੰਦਾ ਕੋਈ ਵੀ ਸਾਡੇ ਨਾਲ ਆ ਕੇ ਚੰਗੀ ਗੱਲ ਕਰਦਾ, ਜਿਹੜਾ ਕੁਝ ਹੋਣਾ ਸੀ ਹੋ ਗਿਆ ਨਿਬੜ ਗਿਆ, ਅੱਜ ਤੋਂ ਬਾਅਦ ਨਾ ਉਹ ਤੁਹਾਨੂੰ ਕੁਝ ਕਹਿਣ, ਨਾ ਅਸੀਂ ਉਹਨਾਂ ਨੂੰ ਕੁਝ ਕਹੀਏ, ਨਾ ਉਹਨੂੰ ਤੁਹਾਨੂੰ ਕੁਝ ਕਹਿਣ। ਬਾਕੀ ਗੱਲ ਉਹਨਾਂ ਨੂੰ ਠੇਸ ਪਹੁੰਚੀ ਹੈ ਵੀ ਉਹਨਾਂ ਨੂੰ ਲੱਗਿਆ ਵੀ ਅਸੀਂ ਪਰਸਨਲ ਤੌਰ ਤੇ ਸਾਨੂੰ ਕਿਹਾ, ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ। ਸਪਸ਼ਟ ਗੱਲ ਮੰਗ ਲਈ ਤੇ ਕਹਾ ਤੋਂ ਕੋਈ ਇਹੋ ਜੀ ਵੀਡੀਓ ਨਹੀਂ ਆਉਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।